ਅਸਲਾਮ ਅਲੈਕਮ ਦੋਸਤੋ ਕੀ ਹਾਲ ਹੈ ਠੀਕ ਹੋ ਜੀ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਸਿਰ ਤੁਸਾਂ ਦੇ ਦਿਪਿਓ ਨਾਗਨੀ ਟੀਵੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਹੀ ਗੁਜ਼ਾਰਿਸ਼ ਕਿ ਅਗਰ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਚਾ ਨਾਜ਼ਰੀਨ ਅੱਜ ਵਾਤ ਜਿਹੜਾ ਇੰਟਰਵਿਊ ਹੈ ਉਹ ਵਾਲੀਬਾਲ ਦੀ ਦੁਨੀਆ ਦੇ ਨਾਲ ਹੈ ਤੇ ਜਿੰਨੇ ਵੀ ਸ਼ਾਇਕੀਨ ਹਨ ਵਾਲੀਬਾਲ ਦੇ ਉਹ ਭਾਈ ਉਹਨਾਂ ਨੂੰ ਜਾਣਦੇ ਵੀ ਹੋ ਸੈਂ ਦਿਨਾਂ ਦਾ ਮੁਖਤਸਰ ਜਿਹੜਾ ਤਾਰੂਫ ਹੈ ਉਹ ਰਜ਼ਾਉਲਾ ਖਾਨ ਉਰਫ ਰਜ਼ੂ ਆਫ ਸਮੰਦੀ ਆਲਾ ਠੀਕ ਹੈ ਨਾ ਜਿਹੜੀ ਸਾਡੀ ਯੂਥੀ ਜਨਰੇਸ਼ਨ ਹੈ ਜਿਹੜੇ ਅੱਜ ਕੱਲ ਖੇਡਣ ਵਾਲੇ ਨੇ ਉਹ ਇਹਨਾਂ ਨੂੰ ਜ਼ਰੂਰ ਜਾਣਦੇ ਹੋਣ ਜਿਹੜੇ ਪੁਰਾਣੇ 올ਡਨ ਦਾ ਉਹ ਬੂੰ ਘਾਟੀ ਉਹਨਾਂ ਡਿਠੋ ਸੀ ਠੀਕ ਹੈ ਨਾ ਸਾਰੇ ਨਾਲ ਮੌਜੂਦ ਨੇ ਇਹਨਾਂ ਕੋਲ ਵਾਲੀਬਾਲ ਦੇ ਕੋਈ ਸਵਾਲ ਪੁੱਛ ਦਿਆਂ ਠੀਕ ਹੈ ਨਾ ਸਾਰੇ ਨਾਲ ਰਾਵਣਾ ਤੇ ਇਨਸ਼ਾਅੱਲਾ ਬਹੁਤ ਇੰਟਰਸਟਿੰਗ ਇੰਟਰਵਿਊ ਹੋਸੀ ਅਸਲਾਮੁਅਲੈਕੁਮ ਭਾਈ ਵਾਲੇਕੁਮ ਸਲਾਮ ਕੀ ਹਾਲ ਚਾਲ ਹੈਨ ਅੱਲਾਹ ਪਾਕ ਦਾ ਸ਼ੁਕਰ ਹੈ ਠੀਕ ਹੋ ਜੀ ਬਹੁਤ ਅੱਛਾ ਰਜ਼ੂ ਭਾਈ ਸਭ ਤੋਂ ਪਹਿਲੇ ਤਾਂ ਸਾਰੇ ਨਾਜ਼ਰੀਨ ਨੂੰ ਦੱਸੋ ਤੁਸਾਂ ਵਾਲੀਬਾਲ ਦਾ ਸ਼ੌਕ ਤੁਹਨ ਕਿੰਨੇ ਲਗਾ ਭਾਈ ਵਾਲੀਬਾਲ ਦਾ ਮੈਨੂੰ ਸ਼ੌਕ ਇੱਕ ਸਾਰੇ ਇਲਾਕੇ ਦੇ ਵਿੱਚ ਟੂਰਨਾਮੈਂਟ ਹੋਇਆ ਅੱਛਾ ਜਿਹਦੇ ਵਿੱਚ ਉਸਤਾਦ ਮਲਕੀਣਾ ਆਏ ਸ਼ਾਇਦ 1998 ਦੀ ਗੱਲ ਹੈ ਮੈਂ ਦੂਜੀ ਕਲਾਸ ਪੜਦਾ ਹਾਂ ਅੱਛਾ ਮਾਸ਼ਾਅੱਲਾ ਤੇ ਉਸ ਦੌਰਾਨ ਮੈਨੂੰ ਪਤਾ ਲੱਗਾ ਕਿ ਉਸਤਾਦ ਦਾ ਮੈਚ ਹੈ ਮੈਂ ਸਕੂਲੋਂ ਨਸ ਕੇ ਤੇ ਮੈਚ ਦੇਖਣਾ ਹੈ ਅੱਛਾ ਸਪੇ ਜੋ ਸਕੂਲ ਦੀ ਛੁੱਟੀ ਘਰ ਕੇ ਛੁੱਟੀ ਨਹੀਂ ਬਲਕਿ ਨਾਸਕੇ ਨਾਸਕੇ ਯਾਨੀ ਕਿ ਕਿਤਾਬਾਂ ਕਹੇ ਹੋਰ ਬੰਦੇ ਕੋ ਠੀਕ ਤੇ ਮੈਂ ਮੈਚ ਦੇਖਣਾ ਅੱਛਾ ਤੇ ਉਤੋਂ ਮੈਨੂੰ ਵਾਲੀਬਾਲ ਦਾ ਸ਼ੌਕ ਪਾਉਂਦਾ ਪਏ ਯਾਨੀ ਕਿ ਤੁਹਾਡੇ ਨਾਲ ਉਹ ਲੈਜੈਂਡ ਬੈਠੇ ਜਿਹਨੂੰ ਤੁਸੀਂ ਦੇਖ ਕੇ ਤੇ ਇਹ ਸ਼ੌਕ ਪੈਦਾ ਥਿਆ ਇਹ ਸ਼ੌਕ ਪੈਦਾ ਥਿਆ ਅੱਛਾ ਕਿਉਂ ਜੋ ਉਸ ਟਾਈਮ ਦੋ ਆਦੀ ਗੇਮ ਹੁੰਦੀ ਹੈ ਹਾਂ ਬਿਲਕੁਲ ਦੋ ਆਦੀ ਗੇਮ ਲੇਕਿਨ ਸਮਾਏ ਸ਼ ਬਹੁਤ ਕਲੀਲ ਬੰਦੇ ਕਰਦੇ ਯਾਨੀ ਕਿ ਸੁਣੀ ਗੱਲ ਹੈ ਕਿ ਭਾਈ ਉਹ ਇਹ ਵੀ ਖੇਡਦਾ ਉਹ ਤੋਂ ਯਾਨੀ ਕਿ ਸ਼ੌਕ ਪੈਦਾ ਥਿਆ ਕਿ ਵਨ ਕਿ ਦਿਖਾ ਕਿ ਉਹ ਕਿਵੇਂ ਖੇਡਦਾ ਅੱਛਾ ਹਾਂ ਤੇ ਅੱਛਾ ਯਾਨੀ ਕਿ ਤੁਹਾਡੀ ਸ਼ੁਰੂਆਤ ਜਿਹੜੀ 1998 ਦੇ ਉਧਰ ਤੋਂ ਦੂਜੀ ਪੜਦਾ ਅੱਛਾ ਇਹ ਤਾਂ ਸ਼ੁਰੂਆਤ ਇੱਕ ਸ਼ੌਕ ਦੀ ਹੋ ਗਈ ਵਾ ਤੁਸੀਂ ਇਸ ਫੀਲਡ ਚ ਆਏ ਕਦੋਂ ਕਿਤਨੇ ਸਾਲ ਨੇ ਮੈਂ ਅਲਮਦੁੱਲਾ 2007-8 ਦੇ ਵਿੱਚ ਯਾਨੀ ਕਿ ਅੱਛੇ ਅੱਛਾ 2007 7-8 ਦੇ ਵਿੱਚ ਜੀ ਹਾਂ ਕਿਉਂਕਿ ਉਸ ਟਾਈਮ ਇਹ ਮੀਡੀਆ ਕੋ ਨਹੀਂ ਹੁੰਦਾ

ਆਈ ਟੇਕ ਵਰ ਸਵਾਲ ਨਾਜ਼ਰੀਨ ਵਸੇ ਤੁਹਾਨੂੰ ਡਿਠਾ ਵੀ ਹੋਸੀ ਜਿਤਨੇ ਮੈਚ ਵੀ ਹਨ ਉਹ ਤੇ ਦੇ ਦੇ ਹਸਨ ਬਈ ਤੁਹਾਰਾ ਯਾਨੀ ਕਿ ਨਾ ਮਸ਼ਹੂਰ ਥਿਓਂਦਾ ਕਿ ਬਈ ਡਿਫੈਂਸ ਹੈ ਹੇਕਾ ਤੇ ਕਿ ਹਿਸਾਬ ਕਿਤਾਬ ਉਸੇ ਮੁਤਾਬਿਕ ਠੀਕ ਹੈ ਨਾ ਥੋੜਾ ਉਸ ਟਾਈਮ ਭਾਈ ਕਿਉਂ ਜੇ ਬੈਗ ਦਾ ਇਤਨਾ ਮਿਆਰ ਕੋ ਨਹੀਂ ਹੁੰਦਾ ਹਾਂ ਬੈਗ ਦਾ ਕੋ ਨਹੀਂ ਫਰੰਟ ਲੈਵਲ ਦੀ ਲੈਵਲ ਤੇ ਯਾਨੀ ਕਿ ਜਾਣ ਪਛਾਣ ਹੁੰਦੀ ਹੈ ਬੇਸ਼ੱਕ ਠੀਕ ਹੈ ਨਾ ਉਸ ਟਾਈਮ ਰੂਲ ਸੱਚ ਹੈ ਰੂਲ ਸੱਚ ਹੈ ਠੀਕ ਹੈ ਯਾਨੀ ਕਿ ਤੁਹਾਨੂੰ ਪਤਾ ਰਿਹਾ ਤੁਸੀਂ ਜਾਨੀ ਕਿ ਜੀ ਫਲਾਣਾ ਫਰਾਂਟ ਖੇਡਦਾ ਅੱਛਾ ਖੇਡਦਾ ਉਸ ਨੂੰ ਚੜਾਇਆ ਵਾਲੇ ਇੱਕ ਕਿਸਮ ਦਾ ਜਾਨੀ ਕਿ ਸ਼ੌਕ ਪਿਆ ਉਸ ਟਾਈਮ ਮੈਂ ਆ ਬੁਲਾਕ ਕਰ ਰਹਾ ਨਾ ਅੱਛਾ ਤੁਸਾਂ ਬੁਲਾਕ ਕੇ ਸਾਹਮਣੇ ਜਾਨੀ ਕਿ ਫਰਾਂਟ ਤੇ ਹਾਂ ਬੁਲਾਕ ਕਰ ਰਹਾ ਜਾਨੀ ਕਿ ਅੱਛੀ ਗੇਮ ਖੇਡਦੇ ਸੀ ਲੇਕਿਨ ਉਸ ਟਾਈਮ ਗੇਮ ਕੁ ਚੇਂਜ ਹੁੰਦੇ ਹੁੰਦੇ ਗੇਮ ਨਾਲ ਚੇਂਜ ਹੋਇਆ ਅੱਛਾ ਜਾਨੀ ਕਿ ਪਹਿਲੇ ਤੁਸਾਂ ਫਰਾਂਟ ਤੇ ਬੁਲਾਕ ਦਵਾਦ ਬਾਅਦ ਡਿਫੈਂਸ ਅਲੀ ਦਵਾਦ ਡਿਫੈਂਸ ਤੇ ਆ ਗਏ ਜਾਨੀ ਕਿ ਕਿਉਂਕਿ ਗੇਮ ਬਹੁਤ ਤੇਜ਼ ਹੋ ਚੁੱਕੀ ਹੈ ਕਿਉਂਕਿ ਬਾਲ ਬਸ ਸਾਦਾ ਹੋ ਚੁੱਕਾ ਹੈ ਹਾਂ ਬੇਸ਼ੱਕ ਬਿਲਕੁਲ ਹਾਂ ਇਸ ਵਜ੍ਹਾ ਤੋਂ ਵਾਪ ਜਾਨੀ ਕਿ ਗੇਮ ਦੇ ਹਿਸਾਬ ਨਾਲ ਚੱਲਦੇ ਆ ਅੱਛਾ ਗੇਮ ਦੇ ਹਿਸਾਬ ਨਾਲ ਜਾਨੀ ਕਿ ਜਿੰਨੇ ਜਿੰਨੇ ਗੇਮ ਚੇਂਜ ਹੁੰਦੇ ਆ ਤੁਸੀਂ ਨਾਲ ਨਾਲ ਚੇਂਜ ਹੁੰਦੇ ਆ ਚੇਂਜ ਹੁੰਦੇ ਆ ਅੱਛਾ ਰਾਜੂ ਭਾਈ ਇਹ ਤਾਂ ਤੁਸੀਂ ਆਪਣੀ ਜ਼ਿੰਦਗੀ ਦੀ ਦਾਸ ਛੋੜੀ ਅੱਛਾ ਤੁਹਾਡੀ ਜ਼ਿੰਦਗੀ ਚ ਪਹਿਲੇ ਜਾਂ ਅੱਜ ਵੀ ਕਿਹੜਾ ਫੇਵਰਿਟ ਪਲੇਅਰ ਰਿਹਾ ਹੈ ਭਾਈ ਨਾ ਜਿਸ ਤੋਂ ਤੁਸੀਂ ਮੁਤਾਸਰ ਹੋ ਅੱਜ ਤਾਈਂ ਮੁਤਾਸਰ ਹੋ ਪਹਿਲੇ ਦੌਰ ਦੇ ਵਿੱਚ ਤਾਂ ਯਾਨੀ ਕਿ ਤੇ ਕੋ ਗੱਲ ਕੀਤੀ ਹੈ ਕਿ ਭਾਈ ਅਸਾਂ ਉਸਤਾਦ ਮਲਕੀ ਕੋ ਦੇਖਣ ਵਾਸਤੇ ਵੀ ਯਾਨੀ ਕਿ ਖਾਸ਼ਮਾਨ ਅੱਛਾ ਖਾਸ਼ਮ ਬਿਲਕੁਲ ਤੇ ਯਾਨੀ ਚਾਹ ਤੇ ਉਸ ਤੋਂ ਬਾਅਦ ਜਿਹੜਾ ਵਾਲੀਬਾਲ ਸਟੈਲਜ ਪਲੇਅਰ ਔਰ ਯਾਨੀ ਕਿ ਗੇਮ ਕੋ ਯਾਨੀ ਕਿ ਇੰਜੋਏ ਕਰਨ ਵਾਸਤੇ ਸ਼ਾਇਆ ਅੱਛਾ ਸ਼ਾਇਆ ਸਰਗੋਦਿਆਲਾ ਸਰਗੋਦਿਆ ਲੇਕਿਨ ਬਹੁਤ ਹੀ ਅੱਛਾ ਇਨਸਾਨ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਮੈਂ ਆਪ ਉਸੀ ਗੇਮ ਨਹੀਂ ਠੀਏ ਤੇ ਉਹਦੇ ਵਿੱਚ ਯਾਨੀ ਕਿ ਸਾਦਗੀ ਜਿਵੇਂ ਉਸਤਾਦ ਅਣਾ ਦੇ ਵਿੱਚ ਉਹਦੇ ਵਿੱਚ ਵੀ ਸਾਦਗੀ ਹਾਂ ਬਿਲਕੁਲ ਇਸੇ ਦੀ ਕੋਈ ਸ਼ੱਕ ਨਹੀਂ ਅੱਛਾ ਸਰ ਇਹ ਤਾਂ ਹੋ ਗਏ ਪੁਰਾਣੀਆਂ ਗੱਲਾਂ ਇਹਨੂੰ ਰੱਖਾਂ ਇੱਕ ਸਾਈਡ ਤੇ ਠੀਕ ਹੈ ਨਹੀਂ ਤਾਂ ਇਹ ਪੁਰਾਣਾ ਵਾਸਤੇ ਨਜ਼ਰੀਨ ਅੱਜ ਕੱਲ ਦੇ ਯੰਗ ਜਨਰੇਸ਼ਨ ਵਾਸਤੇ ਅੱਛਾ ਰਾਜੂ ਭਾਈ ਪੁਰਾਣੇ ਮੈਚਾਂ ਹੀ ਤੇ ਅੱਜ ਦੇ ਮੈਚਾਂ ਹੀ ਤੁਸੀਂ ਕੀ ਡਿਫਰੈਂਸ ਦੇਦੇ ਹੋ ਬਈ ਯਾਨੀ ਕਿ ਕੀ ਇਖਤਲਾਫ ਹੈ ਜਾਂ ਕਿੰਨੇ ਹਿਸਾਬ ਕਿਤਾਬ ਹੈ ਉਹ ਵਾਲਾ ਦੌਰ ਠੀਕ ਹੈ ਜਾਂ ਅੱਜ ਵਾਲਾ ਦੌਰ ਠੀਕ ਰਹਿਣਾ ਪਏ ਭਾਈ ਉਸ ਟਾਈਮ ਯਾਨੀ ਕਿ ਗੇਮ ਦੀ ਇੱਕ ਚਾਹਤ ਆਈ ਹਾਂ ਬਿਲਕੁਲ ਮੁਹੱਬਤ ਆਈ ਪਿਆਰ ਆਈ ਜੀ ਹਾਂ 2012 ਵਿੱਚ ਜਨਾਂ ਦੇ ਟਿਕਟ ਮੈਚ ਹੋਣ ਲੱਗੇ ਨਾ ਅੱਛਾ ਪਲੇਅਰ ਦੀ ਇੱਜ਼ਤ ਇਤਰਾਮ ਬਹੁਤ ਕਮ ਹੋ ਗਿਆ ਹਾਂ ਬਿਲਕੁਲ ਠੀਕ ਹੈ ਨਾ ਪਹਿਲੇ ਅਸਾਂ ਖੇਡਣ ਵੇਨੇ ਅਸੇ ਹਰ ਬੰਦਾ ਯਾਨੀ ਕਿ ਸਲਾਮ ਦੁਆ ਯਾਨੀ ਕਿ ਕਰਦਾ ਇਸ ਤਰੀਕੇ ਨਾਲ ਕਰਦਾ ਕਿ ਯਾਰ ਸਾਡੇ ਮਹਿਮਾਨ ਆਏ ਨੇ ਇਸ ਟਾਈਮ ਇਹ ਟਾਈਮ ਚੱਲਦਾ ਪਏ ਕਿ ਭਾਈ ਕਿ ਸਮਝੋ ਕਿ ਸਲਾਮ ਲੈਣ ਵਾਲਾ ਬੰਦਾ ਵੀ ਕਿਨਾਰਾ ਕਸ਼ ਕਰੇ ਨੇ ਕਿ ਭਾਈ ਇਹਨਾਂ ਦਾ ਸਲਾਮ ਲੈਣਾ ਮਤਾਂ ਯਾਨੀ ਕਿ ਗਾਟੇ ਪੈ ਬਣ ਜਾਂਦਾ ਆਪਣੀ ਜ਼ਬਾਨ ਹੈ ਅੱਛਾ ਹਾਂ ਅੱਛਾ ਅੱਛਾ ਯਾਨੀ ਕਿ ਪਿਆਰ ਦਾ ਯਾਨੀ ਕਿ ਫਰਕ ਨਹੀਂ ਖਤਮ ਹੋ ਗਿਆ ਪਿਆਰ ਤੋਂ ਇਲਾਵਾ ਗੇਮ ਵਿੱਚ ਕੀ ਫਰਕ ਰਹੇ ਦੇ ਪਿਆਰ ਚਲੋ ਤਾਂ ਪਿਆਰ ਮੁਹੱਬਤ ਉਹ ਤਾਂ ਇੱਕ ਅਲੱਗ ਚੀਜ਼ ਹੈ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਭਾਈ ਉਹਨੂੰ ਗੇਮ ਦਾ ਹੈ ਵਾਲੀਬਾਲ ਯਾਨੀ ਕਿ ਐਂਡੀ ਚੱਲਦਾ ਪਿਆ ਅੱਛਾ ਹਾਂ ਉਹ ਉਹ ਯਾਨੀ ਕਿ ਵਾਲੀਬਾਲ ਦਾ ਮਕਾਮ ਕੋਈ ਨਹੀਂ ਰਿਹਾ ਹਾਂ ਬਿਲਕੁਲ ਜੀ ਇਹ ਪਹਿਲੇ ਆਨ ਸ਼ੁਰੂਆਤ ਬੜੇ ਗੇਮ ਨਾਜ਼ਰੀਨ ਬਹੁਤ ਥਿੰਦੇ ਹੁੰਦੇ ਹਨ ਹਰ ਰੋਜ਼ ਟੂਰਨਾਮੈਂਟ ਹਰ ਰੋਜ਼ ਫਾਈਨਲ ਹਰ ਰੋਜ਼ ਓਪਨ ਲੇਕਿਨ ਉਸ ਹਿਸਾਬ ਨਾਲ ਆਈ ਡਿੱਠਾ ਵਈਆਂ ਤੇ ਵਾਲੀਬਾਲ 20% ਮੇਰੇ ਖਿਆਲ ਹੈ ਨਾ ਬਹੁਤ ਥੱਲੇ ਆ ਗਈ ਹੈ ਤੇ ਦੂਜੀ ਗੱਲ ਇਹ ਨਾ ਹੁਣ ਸੀਨੀਅਰ ਜੂਨੀਅਰ ਦਾ ਫਰਕ ਰਹਿ ਗਿਆ ਹਾਂ ਇਹੋ ਤੇ ਤਰਾਮ ਤਾਂ ਬਿਲਕੁਲ ਹੀ ਖਤਮ ਹੋ ਚੁੱਕਾ ਹੈ ਬਿਲਕੁਲ ਅੱਛਾ ਜੀ ਹਾਂ ਅੱਛਾ ਰਾਜੂ ਭਾਈ ਸਾਰੇ ਨਾਜ਼ਰੀਨ ਨੂੰ ਦੱਸੋ ਬਈ ਠੀਕ ਹੈ ਨਾ ਤੁਹਾਡੇ ਹੋਣ ਯਾਨੀ ਕਿ ਮੈਚ ਹੋਣਾਂ ਯਾਨੀ ਕਿ ਅਸਾਂ ਸਿਰਫ ਚਾਰ ਕਲਾਬੀ ਸੁਣਨੇ ਆ ਤੁਹਾਡਾ ਹੋ ਗਿਆ ਠੀਕ ਹੈ ਵਸੀਮ ਸ਼ੇਖ ਦਾ ਹੋ ਗਿਆ ਜ਼ੁਬੈਰ ਦਾ ਹੋ ਗਿਆ ਤੇ ਸਾਜਦ ਦਾ ਤੁਸੀਂ ਇਹਨਾਂ ਚਾਰਾਂ ਜੋ ਕਹਨੂ ਆਪਣਾ ਹਰੀਫ ਯਾਨੀ ਕਿ ਮੁਖਾਲਿਫ ਸਮਝਦੇ ਹੋ ਬਈ ਤਗੜੇ ਵਾਲਾ ਹਰੀਫ ਹੈ ਠੀਕ ਹੈ ਨਾ ਜਿਵੇਂ ਤੁਹਾਨੂੰ ਮੈਚ ਚਾਹ ਸਾਨੀ ਬਈ ਯਾਰ ਇਸ ਨਾਲ ਫਾਈਨਲ ਹੋਵੇ ਤਾਂ ਸਾਨੂੰ ਬੜੀ ਚਾਹ ਸਾਲੀ ਗੇਮ ਥੀ ਸੀ ਬਾਈ ਫਿਲਹਾਲ ਤਾਂ ਸਾਰਾ ਇਨਸ਼ਾਅੱਲਾ ਜਰਾ ਮਸਲਾ ਜਨ ਮੇਨ ਟਾਰਗੇਟ ਹੈ ਜਰਾ ਕਲਾਬ ਹੈ ਉਹ ਬਕਰ ਕਲਾਬ ਹੈ ਵਸੀਮ ਸ਼ੇਖ ਅੱਛਾ ਵਸੀਮ ਸ਼ੇਖ ਨਾਲ ਤੇ ਅਲਮਦੁਲਲਾ ਉਹਨਾਂ ਦਾ ਸੈਟ ਬਹੁਤ ਅੱਛਾ ਹੈ ਹੂੰ ਜਨ ਕਿ ਨੌ ਦੇ ਨੌ ਪਲੇਅਰ ਅੱਛੇ ਅੱਛਾ ਮਾਸ਼ਾਅੱਲਾ ਜੀ ਹਾਂ ਹਾਰਗੜ ਗੇਮ ਦਾ ਇੱਕ ਹਿੱਸਾ ਹੈ ਲੇਕਿਨ ਖੇੜਨ ਦੇ ਬਹੁਤ ਚਾਸਾਂ ਦੀ ਹੈ ਅੱਛਾ ਉਸ ਨਾਲ ਜੀ ਹਾਂ ਯਾਨੀ ਕਿ ਆਜ ਕੱਲ ਉਹ ਜਿਹੜਾ ਨਾ ਉਹ ਟਾਪ ਤੇ ਉਹ ਬਹੁਤ ਟਾਪ ਤੇ ਅੱਛਾ ਵਸੀਮ ਜੀ ਤੇ ਤੁਸੀਂ ਹੁਣ ਇਹ ਦੱਸੋ ਨਾਜ਼ਰੀਨ ਨੂੰ ਭਾਈ ਜ਼ਿਲ੍ਹੇ ਵਾਈਜ਼ ਅਗਰ ਡਿਠਾ ਵਣੇ ਤਾਂ ਆਜ ਕੱਲ ਉਲੀ ਕਿਹੜਾ ਜ਼ਿਲ੍ਹਾ ਟਾਪ ਤੇ ਵੰਦਾ ਪਏ ਅੱਗੇ ਤਾਂ ਦਾ ਇੱਕ ਮੀਆਂ ਵਾਲੀ ਦਾ ਨਾਂ ਆ ਰਹੀ ਹੈ ਠੀਕ ਹੈ ਤੁਸੀਂ ਆ ਮੀਆਂ ਵਾਲੀ ਨਾਲ ਬਲਾੰਗ ਕਰਿੰਦੇ ਹੋ ਭਾਈ ਇਸ ਟਾਈਮ ਜਿਹੜੀ ਸ਼ੌਕ ਦੀ ਹਾ ਦੇਣਾ ਇਸ ਟਾਈਮ ਸਰਗੋਦਾ ਟਾਪ ਤੇ ਅੱਛਾ ਸਰਗੋ ਦਾ ਟਾਪ ਤੇ ਜੀ ਹਾਂ ਬਿਲਕੁਲ ਯਾਨੀ ਕਿ ਉੱਤੇ ਇਸ ਵਜ੍ਹਾ ਤੋਂ ਟਾਪ ਤੇ ਕਿਉਂਕਿ ਉੱਤੇ ਜੂਏ ਦੀ ਉਹ ਕੋਈ ਨਹੀਂ ਅੱਛਾ ਮਾਸ਼ਾਅੱਲਾ ਹਾਂ ਜੂਆ ਸ਼ੂਆ ਕੋਈ ਨਹੀਂ ਉੱਤੇ ਸ਼ੌਕ ਤੋਂ ਖੇਡਾ ਮੈਂ ਅੱਛਾ ਸ਼ੌਕ ਤੋਂ ਖੇਡਾ ਜੀ ਹਾਂ ਤੇ ਬਖਰ ਜ਼ਿਲ੍ਹਾ ਜ਼ਿਲ੍ਹਾ ਬਕਰ ਵੀ ਟਾਪ ਤੇ ਰਹਿੰਦਾ ਪਏ ਲੇਕਿਨ ਇਸ ਟਾਈਮ ਸਭ ਤੋਂ ਟਾਪ ਤੇ ਜ਼ਿਲ੍ਹਾ ਸਰਗੋਦਾ ਹੈ ਅੱਛਾ ਜ਼ਿਲ੍ਹਾ ਸਰਗੋਦਾ ਚਲੋ ਮਾਸ਼ਾਅੱਲਾ ਅ ਅੱਛਾ ਰਜ਼ੂ ਭਾਈ ਤੁਹਾਡਾ ਟਾਈਮ ਜ਼ਿਆਦਾ ਨਾ ਗਿੰਦੇ ਠੀਕ ਹੈ ਤੁਸੀਂ ਮਹਿਮਾਨ ਆਇਓ ਠੀਕ ਹੈ ਨਾ ਨਾਜ਼ਰੀਨ ਮਹਿਮਾਨ ਦੋਸਾ ਫਾਇਦਾ ਉਠਾ ਕਿਦਾ ਤੇ ਇਨਸ਼ਾਅੱਲਾ ਇੱਕ ਅਲੱਗ ਇੰਟਰਵਿਊ ਬਾਅਦ ਜੋ ਸੀ ਜਿਹੜਾ ਤੁਹਾਡੇ ਯਾਨੀ ਕਿ ਤੁਸੀਂ ਕਮੈਂਟ ਵਿੱਚ ਸਵਾਲ ਦੱਸੋ ਭਾਈ ਰਜ਼ੂ ਭਾਈ ਕੋਲ ਅਸਾਂ ਕਿਹੜੇ ਕਿਹੜੇ ਸਵਾਲ ਪੁੱਛਣੇ ਹਨ ਬਾਤ ਉਸ ਦੇ ਮੁਤਾਬਕ ਅਸਾਂ ਇੰਟਰਵਿਊ ਕਰਾਂ ਰਜ਼ੂ ਭਾਈ ਤੁਸੀਂ ਇਹ ਵਾਦਾ ਸਾਡਾ ਅਲੱਗ ਇੱਕ ਇੰਟਰਵਿਊ ਹੋ ਸੀ ਠੀਕ ਹੈ ਨਾ ਇਹ ਤਾਂ ਜਿਵੇਂ ਵੈਸੇ ਚਲੋ ਗੱਪਸ਼ਪ ਹੋ ਗਈ ਇਹ ਨਾਲ ਮਾ ਮਲਕੀ ਤੇ ਇਹ ਰਜ਼ੂ ਭਾਈ ਤੇ ਅਸਾਂ ਨਾ ਚਲੋ ਭਾਈ ਐਂਟਰਟੇਨ ਹੋ ਵਜੋ ਅੱਛਾ ਰਜ਼ੂ ਭਾਈ ਯਾਨੀ ਕਿ ਆਖਰੀ ਸਵਾਲ ਤੁਹਾਡੇ ਕੋਲ ਨਾ ਤੁਹਾਡੇ ਸਾਹਿਬ ਦਾ ਭਾਈ ਯਾਨੀ ਕਿ ਪਹਿਲੇ ਮੈਚ ਯਾ ਆਜ ਦੇ ਮੈਚ ਕਿਉਂਕਿ ਪਹਿਲੇ ਮੈਚ ਅਸਾਂ ਦੇ ਦਿਨਾਂ ਮੈਂ ਮਲਕੀ ਦੀ ਜ਼ਿੰਦਗੀ ਦੇ ਦਿਆਂ ਇਹਨਾਂ ਕੋਲ ਨਾ ਉਹ ਕਿਰਾਏ ਹੁੰਦੇ ਨਾ ਉਹ ਚੀਜ਼ ਕਹ ਲੈ ਵੰਦੇ ਨਾ ਨਾ ਨਹੀਂ ਪਤਾ ਹੁੰਦਾ ਅੱਜ ਕੱਲ ਤਾਂ ਹੋਰ ਹਿਸਾਬ ਹੈ ਐਸੇ ਹੀ ਕਿ ਤੁਸਾਂ ਦੇਦੇ ਪਾਓ ਹਿਸਾਬ ਕਿਤਾਬ ਭਈ ਆਜ ਦੀ ਪਲੇਅਰ ਹੈ ਕਿਹਨੇ ਪ੍ਰੋਟੋਕੋਲ ਹੈ ਜਾਂ ਪੁਰਾਣੇ ਪਰੇ ਰਹਾਂ ਕਿਹਨੇ ਪ੍ਰੋਟੋਕੋਲ ਆਈ ਠੀਕ ਹੈ ਨਾ ਉਸ ਟਾਈਮ ਤਾਂ ਇੰਜ ਆਈ ਕਿ ਰਾਬਤਾ ਕਰਨ ਵਾਸਤੇ ਨਾ ਹਾਂ ਮੋਬਾਈਲ ਕੋ ਨਾ ਨੋਦੇ ਉਸ ਟਾਈਮ ਬਹੁਤ ਤਰੀਕੇ ਦੇ ذریعے ਇਸਤੇਮਾਲ ਕਰਨੇ ਪਉਨੇ ਹਾਂ ਬਿਲਕੁਲ ਠੀਕ ਹੈ ਜੀ ਰਾਪਤੋਂ ਹੁੰਦਾ ਇਹ ਵਦ ਬੰਦਾ ਅਗਲਾ ਨੂੰ ਟਾਈਮ ਦੇਣਾ ਹੈ ਕਿ ਭਾਈ ਇਸ ਦਿਹਾੜੇ ਇਸ ਟਾਈਮ ਅਸੀਂ ਇੱਥੇ ਆ ਪੜਨਾ ਅੱਛਾ ਤੁਸੀਂ ਥਾ ਕੋ ਰਸੀਵ ਕਰਨਾ ਠੀਕ ਹੈ ਆ ਬੇਸ਼ੱਕੀ ਸੋ ਹੁਣ ਤਾ ਇਤਨਾ ਫਾਸਟ ਕੰਮ ਆ ਗਿਆ ਕਿ ਭਾਈ ਮੈਸੇਜ ਕਰੋ ਭਾਈ ਜੀ ਓਕੇ ਦਾ ਰਿਪੋਰਟ ਹੈ ਜੀ ਠੀਕ ਹੈ ਜੀ ਪਲੇਰਾ ਆਵਸ ਅੱਛਾ ਯਾਨੀ ਕਾਰ ਤਿਆਰ ਖਲੀਏ ਤਿਆਰ ਖਲੀਏ ਤੇ ਇੱਕ ਦਿਨ ਦੂ 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 ਪਹਿਲੇ ਮਿਲਣਾ ਪੁਲਾਇ ਅੱਛਾ ਹਾਂ ਪੁਰਾਣੇ ਦੌਰੇ ਪੁਰਾਣੇ ਦੌਰੇ ਡੂਡੂ ਨਹੀਂ ਪਹਿਲੇ ਹਾਂ ਹੁਣ ਤਾਂ ਜੀ ਸਵੇਰੇ 6 ਵਜੇ ਨਿਕਲੋ 12 ਵਜੇ ਪਹੁੰਚ ਗਏ ਅੱਛਾ ਜੀ ਹਾਂ ਅਜਾ ਤੁਹਾਡੀ ਗੱਲ ਕਟੇਂਦੇ ਪਾ ਹੁਣ ਤਾਂ ਇਹ ਵੀ ਆਉਂਦਾ ਬਈ ਆਵਾਮ ਪਹੁੰਚੀ ਹੁੰਦੀ ਏ ਤੇ ਪਲੇਅਰ ਬਾਅਦ ਵਿੱਚ ਪਹੁੰਚਦੇ ਡੂਡੂ ਘੰਡੇ ਬੜਾ ਯਾਨੀ ਕਿ ਰੋਲਰ ਰਪਈ ਹੁੰਦਾ ਕਿਉਂਕਿ ਇੱਕ ਡੂ ਮੈਚ ਮੈਂ ਬਾਅਦ ਇਡੀ ਟਿੰਡੀ ਕੋਟਾ ਲੇ ਉਸ ਤੋਂ ਪਹਿਲੇ ਤਾਂ ਮੈਂ ਨਾ ਜਾਣਦਾ ਕਿ ਇਹ ਸਾਬ ਕਿਤਾਬ ਹੈ ਇਹ ਭਾਈ ਇੰਤਜ਼ਾਮੀਆਂ ਦੀ ਯਾਨੀ ਕਿ ਗਫਲਤ ਹੈ अच्छा अगर टाइम अगर दांत ਦਿੱਤਾ ਹੈ ਤਾਂ ਫਿਕਸ ਦਾ ਵਜਿ ਸ਼ੁਰੂ ਕਰਨਾ ਚਾਹੀਦਾ ਹੈ ਹਾਂ ਸ਼ੁਰੂ ਕਰਨਾ ਚਾਹੀਦਾ ਹੈ ਟੀਮਾਂ ਤੇ اتنا ਕਸੂਰ ਕੋ ਨਹੀਂ ਆਉਂਦਾ ਕਿਉਂਕਿ ਟੀਮਾਂ ਨੂੰ ਜਿਹੜਾ ਟਾਈਮ ਦਿੱਤਾ ਵੈ ਨੇ ਉਹ ਟੀਮਾਂ ਕੋਸ਼ਿਸ਼ ਕਰਨ ਨੇ ਕਿ ਆਸਾ ਪਹੁੰਚਾ ਅੱਛਾ ਕੁਲੀਅਰ ਦੇ ਸਵੇਰ ਹੋਈ ਵੈਂਦੀ ਹੈ ਇਹ ਗੱਲ ਕੋਈ ਨਹੀਂ ਹਾਂ ਇਸੇ ਕੋਈ ਅਗਰ ਕਮੇਟੀ ਸਹੀ ਹੈ ਆਵਾਮ ਆਵੇ ਜਾਂ ਨਾ ਆਵੇ ਮੈਚ ਟਾਈਮ ਤੇ ਸ਼ੁਰੂ ਕਰੇਨ ਆਵਾਮ ਉਸ ਮੁਤਾਬਕ ਹੀ ਆਉਣੀ ਹੈ ਨਾ ਹਾਂ ਆਵਾਮ ਤਾਂ ਜਿੰਨੇ ਉਹ ਇੰਤਜ਼ਾਮੀਆਂ ਦੇ ਸੀ ਉਹਦੇ ਹਿਸਾਬ ਨਾਲ ਉਸ ਹਿਸਾਬ ਨਾਲ ਹੀ ਆਉਣੀ ਇੱਕ ਮੈਚ ਦਾ ਟਾਈਮ 10 ਵਜੇ ਦਾ ਲਿਖਿਆ ਮੈਚ 12 ਵਜੇ ਸ਼ੁਰੂ ਤੇ ਤਾਂ ਆਵਾਮ ਹੀ ਤਾਂ 12 ਵਜੇ ਆਉਣਾ ਹੈ ਅੱਛਾ ਜੀ ਹਾਂ ਤੇ ਅੱਛਾ ਤੁਸੀਂ ਹੁਣ ਗੱਲ ਆ ਕੇ ਵਿੱਚ ਇੱਕ ਸਵਾਲ ਆ ਗਿਆ ਕਿ ਮੈਚ ਬਈ ਪੁਰਾਣੇ ਜਿਹੜੇ ਮੈਚ ਹਨ ਉਹਨਾਂ ਨੂੰ ਤੁਸੀਂ ਟਾਫ ਦੇ ਦਿਓ ਜਾਂ ਅੱਜ ਕੱਲ੍ਹ ਵਾਲੇ ਮੈਚ ਯਾਨੀ ਕਿ ਨਾ ਬਈ ਸਖਤ ਕਿਹੜੇ ਹਨ ਪਹਿਲੇ ਮੈਚ ਖੇਡਣਾ ਸਖਤ ਹੈ ਜਾਂ ਅੱਜ ਕੱਲ੍ਹ ਖੇਡਣਾ ਸਖਤ ਹੈ ਮੈਚ ਮੈਚ ਦੇ ਹਿਸਾਬ ਨਾਲ ਉਸ ਟਾਈਮ ਗੱਲ ਸੁਣਨਾ ਗੇਮ ਇਤਨੀ ਤੇਜ਼ ਕੋਈ ਨਹੀਂ ਹਾਂ ਹੀ ਗੱਲ ਤੇ ਉਸ ਟਾਈਮ ਜਾਨੀ ਕਿ ਉਸ ਟਾਈਮ ਨਾ ਦੁਆ ਦਾ ਬਾਲ ਬਹੁਤ ਜ਼ਿਆਦਾ ਚੱਲਦਾ ਹੈ ਹੁਣ ਤਾਂ ਇਤਨੀ ਗੇਮ ਫਾਸਟ ਹੋ ਚੁਕੀ ਹੈ ਨਾ ਕਿ ਬਾਅਦ ਸਿੱਧਾ ਬਣਾ ਕੇ ਦੇਵਣੇ ਅੱਛਾ ਹਾਂ ਬਹਾਲ ਅਗਲਾ ਮਾਰਨਾ ਹੈ ਹਾਂ ਬਿਲਕੁਲ ਹਾਂ ਉਸ ਟਾਈਮ ਥੋੜੀ ਗੇਮ ਬਹੁਤ ਮੁਸ਼ਕਿਲ ਇਸ ਗੱਲ ਤੇ ਰੂਲ ਹੀ ਜਾਇਜ਼ ਆ ਰੂਲ ਹੀ ਜਾਇਜ਼ ਆਪਣੇ ਸਾਫ ਜਾਂ ਤਰੀਕੇ ਜਾਂ ਤਜਰਬੇ ਨਾਲ ਇੱਕ ਪੈਣ ਕਢਣਾ ਉਹ ਹੋਰ ਹਿਸਾਬ ਹੈ ਅੱਛਾ ਜੀ ਨਾਜ਼ਰੀਨ ਇੱਕ ਰਜ਼ੂ ਬਾਈ ਦੀ ਫਰਮਾਇਸ਼ ਤੇ ਨਾ ਮਾਂ ਮਲਕੀ ਕੋਲੋਂ ਇੱਕ ਸਵਾਲ ਪੁੱਛਦੇ ਆਂ ਬਈ ਤੁਸੀਂ ਪੁਰਾਣੇ ਸਾਹਿਬ ਕਿੰਨੇ ਮੈਨੇਜ ਕਰਦੇ ਆ ਮੈਚ ਤੇ ਕਿੰਨੇ ਆਂਦੇ ਵੰਦੇ ਆ ਇਹ ਥੋੜਾ ਦੱਸਿਆ ਸੋਚਾ ਸਾਰੇ ਨਾਜ਼ਰੀਨ ਨੂੰ ਅਸਾ ਤਾਂ ਆਪਣੇ ਕਿਰਾਇਆ ਤੇ ਗਏ ਆਪਣੇ ਕਿਹੜੇ ਆਪਣਾ ਸਾਰਾ ਦੌਰਾ ਹੀ ਪੁਰਾਣਾ ਦੌਰਾ ਆਪਣੇ ਕਿਰਾਇਆ ਤੇ ਵੰਦੇ ਆ ਸੀ ਬਸਾਂ ਤੇ ਅੱਛਾ ਹੋਰ ਤਾਂ ਅੱਜ ਕੱਲ ਤਾਂ ਕਾਰ ਆਈ ਖੜਤੀ ਹੈ ਗਾਰੇਜ ਬਾਈ ਸਾਹਮਣੇ ਕਿ ਅਸਾ ਕਿਹੜੇ ਆਪਣੇ ਦੌਰ ਗੁਜ਼ਾਰੇ ਵਕਤ ਗੁਜ਼ਾਰੇ 94 ਚਾਹ ਕੇ 2005 ਤੱਕ ਅੱਛਾ ਅਸਾਂ ਆਪਣੀਆਂ ਇਹ ਕਾਰ ਆਸ਼ਾਰਾ ਸਾਡੇ ਦੇ ਨਾਂ ਨਾ ਦੀ ਆਸਾਂ ਆਪਣੇ ਬੱਸਾਂ ਇਸ ਕਿੜੀਆਂ ਲੋਕਲ ਬੱਸਾਂ ਕਰਾਈਆਂ ਨੇ ਉਸ ਤੇ ਚਲਦੇ ਆ ਸੀ ਕਿ ਆਪਣੇ ਕਿਰਾਏ ਤੇ ਮਨ ਬੜਾ ਜਾਦੇ ਬੜੇ ਕੋਈ ਵਾਕਿਆ ਸੁਣਾਓ ਜਿਹੜਾ ਕੋਈ ਇੰਟਰਸਟਿੰਗ ਵਾਕੀ ਵਾਕਿਓ ਬਥਾਰੀ ਜੇਬ ਵਿੱਚ ਪੈਸੇ ਨਾ ਹੋਵੇ ਤੇ ਤੁਸੀਂ ਟੁਰ ਕੇ ਗਏ ਉਹ ਇਸ ਹਿਸਾਬ ਨਾਲ ਇੱਕ ਨਾਲ ਇੱਕ ਇਲਾਕੇ ਗਾਵੇਂ ਮੰਗੂਰ ਅੱਛਾ ਮੰਗੂਰ ਸૈયਦ ਦੇ ਬੜੇ ਸ਼ਰੀਫ ਤੇ ਬੜੇ ਗਰੀਬ ਸૈયਦਾਨ ਅੱਛਾ ਪਰ ਮੈਂ ਆਇਆ ਉਕ ਮਨ ਜ਼ਹਨ ਚੀ ਉਹਨਾਂ ਦਾ ਟੂਰਨਾਮੈਂਟ ਜੂਨ ਦੇ ਵਿੱਚ ਜੁਲਾਈ ਗਰਮੀਆਂ ਦੀ ਰਾਤ ਦਾ ਨਾ ਨਾ ਗਰਮੀਆਂ ਦੀ ਰਾਤ ਦਾ ਅੱਛਾ ਦੀ ਦਾ ਬੜੇ ਗਰੀਬ ਬੇਅੰਤਹਾ ਗਰੀਬ ਉਹਨਾਂ ਦਾ ਸਭ ਮੈਚ ਆਪਨੇ ਜੇਬ ਦੇ ਵਿੱਚੋਂ ਕਿਰਾਏ ਭਰ ਕੇ ਮੈਚ ਟੂਰਨਾਮੈਂਟ ਪੂਰਾ ਖੇਡਾ ਅੱਛਾ ਰੋਟੀ ਉਹਨਾਂ ਕੋਲ ਨਹੀਂ ਸੇ ਖਾਦੀ ਹਾਟਲ ਦੀ ਰੋਟੀ ਆਪਣੇ ਪੈਸਾ ਨਾਲ ਖਾਦੀ ਸੀ ਉਹ ਅੱਜ ਤੱਕ ਮਰ ਯਾਦ ਹੈ ਹਾਲ ਕਿ ਬੜੇ ਵਾਕਏ ਹਨ ਉਹ ਤਾਂ ਮੈਂ ਦੱਸਾ ਨਾ ਸਕਦਾ ਲੇਗੋ ਸੈਯਦਾਂ ਦੀ ਮੈਂ ਗੱਲ ਸੁਣਾਉਂਦਾ ਪਿਆ ਬੜੇ ਇੰਤਹਾਈ ਸ਼ਰੀਫ ਤੇ ਬੜੇ ਗਰੀਬ ਸੈਯਦਾਂ ਯਾਨੀ ਕਿ ਉਹਨਾਂ ਦੀ ਗਰਬਤ ਹੀ ਹੋਈ ਤੂੰ ਉਹਦੀ ਉਹਨਾਂ ਦੀ ਗਰਬਤ ਦੀ ਪੂਰੀ ਟੀਮ ਅਸਾਂ ਕਿਹੜਾ ਆਪਣਾ ਕਿਰਾਏ ਤੇ ਆ ਕਰ ਕਿਰਾਇਆ ਭਾਰ ਕੇ ਵੰਦੇ ਆ ਸੀ ਉਹ ਆਪਣੇ ਹਰ ਕਿਰਾਏ ਪੈਸਾ ਲਾਲ ਆਪਣੇ ਅਸਾਂ ਹੋਟਲ ਦੇ ਆਪ ਖਾਂਦੇ ਰਹਾ ਰੋਟੀ ਉਹਨਾਂ ਕੋ ਰੋਟੀ ਅੱਜ ਤੱਕ ਨਹੀਂ ਖਾਦੀ ਅਸਾਂ ਕਿਤੇ ਚਾਰ ਨਹੀਂ ਰਹਾ ਜਾਂ ਪੰਜ ਰਹਾ ਤੇ ਜੂਨ ਜੁਲਾਈ ਦੇ ਵਿੱਚ ਖੇਦੇ ਰਹਾ ਗਰਮੀ ਦੇ ਵਿੱਚ

ਮਾ ਮਲਕੀ ਦੀਆਂ ਗੱਲਾਂ ਤਾਂ ਮੁਕੜੇ ਚਾਵਣੀ ਕੋਨਨ ਕਿਉਂਕਿ ਨਾ ਇੱਕ ਦੌਰ ਗੁਜ਼ਾਰਾ ਹੈ ਕਿਵੇਂ ਰਜ਼ੂ ਭਾਈ ਬਿਲਕੁਲ ਸਹੀ ਗੱਲ ਤੇ ਰਜ਼ੂ ਭਾਈ ਹੁਣ ਅਸਾਂ ਇਜਾਜ਼ਤ ਗਿੰਨੇ ਆ ਠੀਕ ਹੈ ਨਾ ਇਹ ਸਿਰਫ ਤੁਹਾਡੀ ਆਗਿਆ ਕਿ ਤੁਸੀਂ ਅਕਸਾਂ ਬਾਅਦ ਇੰਟਰਵਿਊ ਦਿਸਾਂ ਇਨਸ਼ਾਅੱਲਾ ਜ਼ਰੂਰ ਤੇ ਅੱਜ ਦਾ ਮੌਕਾ ਅਸਾਂ ਜ਼ਾਇਆ ਨਾ ਸੇ ਕਰਨਾ ਚਾਹੁੰਦੇ ਨਾਜ਼ਰੀਨ ਤੇ ਜੇ ਕੋਈ ਸਵਾਲ ਹੋਵੇ ਕਿਉਂਕਿ ਅਸਾਂ ਪੁਰਾਣੀ ਉਲੀ ਨਾਲ ਰਿਲੇਟਡ ਲਿਆ ਨਵੀਂ ਨਾਲ ਖਾਸ ਨਾ ਕੋਨਾ ਤੁਸੀਂ ਸੰਸ ਸਵਾਲ ਦੱਸੇ ਕਰੋ भई कहिड़े परेलें कहिड़े कहिड़े सुवाल पुछण चाहींदा आहिनि असां उहो हिसाब सां इंटरव्यू अॼु तूं भाॻ गिदा करसां त आख़िर ते रज़ू भाई बहुत शुक्रिया मालिक पवाक तव्हां ख़ुशि रखे थोरी गेम न रंग लावे थोरी ज़िंदगी रंग लावे थो जिते बि फैन आहिनि उन सारियूं दुआ सारीअ दुआ थो आहिनि त आख़िर ते असे रहो वज़े रहो नांगनी टी वी दे रहो अलाह जे हवाले